ਯਾਦ ਨੂੰ ਸਮਰਪਿਤ ਇੱਕ ਮਹਾਨ ਗੁਰਮਤ ਸਮਾਗਮ 18 ਫਰਵਰੀ ਦਿਨ ਐਤਵਾਰ ਨੂੰ ਦਮਾਣਾ ਵਿਖੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦਮਾਣਾ ਵਿਖੇ ਬੜੇ ਹਰਸ਼ੋਲਾਸ ਨਾਲ ਮਨਾਇਆ ਜਾ ਰਿਹਾ, ਜਿਹਦੇ ਪ੍ਰਸੰਤ ਪੰਥ ਪ੍ਰਸਿੱਧ ਰਾਗੀ ਸਿੰਘ ਸਾਹਿਬਾਨ, ਜੋ ਭਾਈ ਸਾਹਿਬ ਭਾਈ ਸ਼ੁਭਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਭਾਈ ਸਾਹਿਬ ਭਾਈ ਤਨਵੀਰ ਸਿੰਘ ਜੀ ਤਵਨੀਤ ਸਿੰਘ ਜੀ ਚੰਡੀਗੜ੍ਹ ਵਾਲੇ ਉਚੇਚੇ ਤੌਰ 'ਤੇ ਇੱਥੇ ਪਹੁੰਚ ਰਹੇ ਹਨ। ਔਰ ਇਸ ਸਮਾਗਮ ਦੀ ਵਿਸ਼ੇਸ਼ ਤੌਰ 'ਤੇ ਇੱਥੇ ਅੰਮ੍ਰਿਤਸਰ ਤੋਂ ਭਾਈ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਉਚੇਚੇ ਤੌਰ 'ਤੇ ਇੱਥੇ ਆ ਰਹੇ ਹਨ। ਉਹਨਾਂ ਦੇ ਨਾਲ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ, ਜੋ ਸਕੱਤਰ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਦੇ, ਉਹ ਵੀ ਉਚੇਚੇ ਤੌਰ 'ਤੇ ਇੱਥੇ ਸੰਤ ਜੀ ਦੇ ਸੱਦੇ ਪੱਤਰ ਦੇ ਇੱਥੇ ਆ ਰਹੇ ਹਨ। ਸੋ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਹੋਰ ਪ੍ਰਸਿੱਧ ਰਾਗੀ ਸਿੰਘ ਸਾਹਿਬਾਨ, ਉਹ ਵੀ ਉਚੇਚੇ ਤੌਰ 'ਤੇ ਇੱਥੇ ਆਉਣਗੇ। ਤੋ ਸਾਰੇ ਸੰਤ ਗੁਰਬ ਸਾਰਾ ਪ੍ਰੋਗਰਾਮ ਸੰਤ ਤੇਜਵਾਨ ਸਿੰਘ ਜੀ ਡੰਨਾ ਦੀ ਸਰਪ੍ਰਸਤੀ ਹੇਠ ਹੋ ਰਿਹਾ। ਸਾਰੀ ਸਿੱਖ ਸੰਗਤ ਜਗਤ ਨੂੰ ਔਰ ਸਾਰੇ ਜੰਮੂ ਵਾਸੀਆਂ ਨੂੰ, ਖਾਸ ਕਰਕੇ ਸਿੱਖ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ 18 ਤਰੀਕ ਦਿਨ ਐਤਵਾਰ ਨੂੰ ਦਮਾਣਾ ਵਿਖੇ ਹਾਜ਼ਰੀਆਂ ਭਰ ਕੇ ਜਿੱਥੇ ਆਪਣੇ ਜੀਵਨ ਦੀਆਂ ਘੜੀਆਂ ਸਫਲੀਆਂ ਕਰੋਗੇ, ਉੱਥੇ ਇਹਨਾਂ ਮਹਾਨ ਪੰਥ ਦੀਆਂ ਸ਼ਖਸੀਅਤਾਂ ਨੂੰ ਉਹਨਾਂ ਦੇ ਵਿਚਾਰ ਸਰਵਣ ਕਰੋਗੇ ਔਰ ਉਹਨਾਂ ਨੂੰ ਉਹਨਾਂ ਦੇ ਕੋਲੋਂ ਗੁਰਬਾਣੀ ਦਾ ਅਲਾਇਕ ਸ਼ਬਦ ਕੀਰਤਨ ਤੁਸੀਂ ਸਰਵਣ ਕਰੋਗੇ। ਸਭ ਦੇ ਅੱਗੇ ਅਪੀਲ ਹੈ ਕਿ ਹੁੰਮ ਆ ਕੇ ਉੱਥੇ ਪਹੁੰਚਣ। ਐਤਵਾਰ 18 ਫਰਵਰੀ ਦਿਨ ਐਤਵਾਰ ਨੂੰ ਟਾਈਮ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੋਵੇਗਾ। ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਸਹਿਯੋਗ ਜੋ ਜੋਗਿੰਦਰ ਸਿੰਘ ਜੀ ਬਾਲੀ ਔਰ ਉਪਦੇਸ਼ ਕੌਰ ਜੀ ਬਾਲੀ ਹਾਂਗਕਾਂਗ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਸਹਿਯੋਗ ਦੇ ਨਾਲ ਪ੍ਰੋਗਰਾਮ ਮਨਾਇਆ ਜਾਂਦਾ। ਇਸ ਦੇ ਇਲਾਵਾ ਹੋਰ ਬਹੁਤ ਸੇ ਐਸੇ ਸੱਜਣ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਹਨ। ਸੋ ਸਾਰਿਆਂ ਅੱਗੇ ਅਲੱਗ ਅਲੱਗ ਥਾਵਾਂ 'ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟਰਾਂਸਪੋਰਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਹਰ ਸਾਲ ਜਿੱਥੋਂ ਜਿੱਥੋਂ ਗੱਡੀਆਂ ਸੰਗਤ ਨੂੰ ਲਿਜਾਣ ਲਈ ਉੱਥੇ ਪਹੁੰਚਦੀਆਂ ਹਨ, ਇਸ ਵਾਰ ਵੀ ਬੱਸਾਂ ਦਾ ਮੈਟਾਡੋਰਾਂ ਦਾ ਸਾਰਾ ਇੰਤਜ਼ਾਮ ਕੀਤਾ ਗਿਆ। ਤੋ ਸਾਰੇ ਉੱਥੇ ਬੈਠ ਕੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਪ੍ਰੋਗਰਾਮ ਦੀ ਰੌਣਕ ਨੂੰ ਵੀ ਵਧਾਓਗੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਪ੍ਰਾਪਤ ਕਰੋਗੇ। ਸੋ ਲੰਗਰ ਵੀ ਉੱਥੇ ਗੁਰੂ ਮਹਾਰਾਜ ਦਾ ਲੰਗਰ ਵੀ ਉੱਥੇ ਟੁੱਟ ਵਰਤੇਗਾ। ਸਾਰੀਆਂ ਸੰਗਤਾਂ ਹੁੰਮ ਹਮਾ ਕੇ ਉੱਥੇ ਪਹੁੰਚਣ ਔਰ ਉੱਥੇ ਦੀਵਾਨ ਦੀ ਜਿੱਥੇ ਰੌਣਕ ਨੂੰ ਵਧਾਉਣਗੇ, ਉੱਥੇ ਆਪਣੇ ਕੁਛ ਜੀਵਨ ਦੀਆਂ ਕੁਛ ਘੜੀਆਂ ਸਫਲ ਕਰਨਗੇ ਜੀ। ਸੋ ਇਤਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੋਲਦੇ ਹੋ, ਠੀਕ ਹੈ।